ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਏ ਆ ਜੀ ਨਵੇਂ ਅਪਡੇਟ ਨਵੀਂ ਇਨਫੋਰਮੇਸ਼ਨ ਨਵੇਂ ਨੋਟੀਫਿਕੇਸ਼ਨ ਦੀ ਜਾਣਕਾਰੀ ਜੋ ਕਿ ਜਾਰੀ ਕੀਤਾ ਗਿਆ ਆ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਵੀ ਸਟੂਡੈਂਟ ਜਾਂ ਭੈਣ ਭਰਾ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਲਵੋ ਜੀ ਤਾਂ ਕਿ ਹਰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਆਉਣ ਵਾਲੀ ਹਰ ਇੱਕ ਵੀਡੀਓ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਨਾਲ ਦੀ ਨਾਲ ਆਪਣੇ ਇੰਸਟਾਗ੍ਰam ਅਤੇ ਟੈਲੀਗ੍ਰam ਚੈਨਲਾਂ ਨੂੰ ਜ਼ਰੂਰ ਜੁਆਇਨ ਤੇ ਫੋਲੋ ਕਰ ਲਵੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਹਾਂਜੀ ਹੁਣ ਗੱਲ ਕਰਦੇ ਆਂ ਆਪਾਂ ਅੱਜ ਦੇ ਜਾਰੀ ਹੋਏ ਨਵੇਂ ਨੋਟੀਫਿਕੇਸ਼ਨ ਦੀ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਆਪਾਂ ਇਸ ਟਾਈਮ ਬਾਬਾ ਅਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀ ਅਫੀਸ਼ੀਅਲ ਵੈਬਸਾਈਟ ਤੇ ਹਾਂ ਜਦੋਂ ਆਪਾਂ ਸਕਰੋਲ ਨੂੰ ਥੋੜਾ ਜਿਹਾ ਡਾਊਨ ਕਰਾਂਗੇ ਤਾਂ ਤੁਸੀਂ ਦੇਖ ਸਕੋਗੇ ਕਿ ਆਹ ਦੇਖੋ ਜੀ ਆਪਾਂ ਇੱਕ ਲਾ ਕੇ ਦੱਸ ਦਿੰਨੇ ਆ ਠੀਕ ਹੈ ਇਨ 뷰 ਦਾ ਕੈਨਸਲਿੰਗ ਆਫ ਅਲਾਟਮੈਂਟ ਆਫ ਮੋਪ ਰਾਉਂਡ ਆਫ ਐਆਈਕ ਕਾਉਂਸਲਿੰਗ ਸ਼ੈਡਿਊਲ ਆਫ ਮੋਪ ਅਪ ਰਾਉਂਡ ਆਫ ਪੰਜਾਬ ਸਟੇਟ ਕਾਉਂਸਲਿੰਗ ਠੀਕ ਆ ਜੀ ਸੋ ਇਹ ਰਿਵਾਈਜ਼ਡ ਨੋਟੀਫਿਕੇਸ਼ਨ ਆਇਆ ਵਾ ਸੋ ਇਸ ਤੇ ਕਲਿੱਕ ਕਰਾਂਗੇ ਤਾਂ ਨੈਕਸਟ ਪੇਜ ਓਪਨ ਹੋ ਜਾਊਗਾ ਸੋ ਸੋ ਤੁਸੀਂ ਦੇਖ ਸਕਦੇ ਹੋ ਜਿੱਦਾਂ ਹੀ ਨੈਕਸਟ ਪੇਜ ਓਪਨ ਹੁੰਦਾ ਵਾ ਤਾਂ ਸਭ ਤੋਂ ਪਹਿਲਾਂ ਅੱਜ ਦਾ ਜਿਹੜਾ ਨੋਟੀਫਿਕੇਸ਼ਨ ਆ ਆ ਦੇਖੋ 18 4 2022 ਠੀਕ ਹੈ ਜੀ ਅੱਜ ਨਹੀਂ ਮੀਨਸ ਇੱਕ ਦਿਨ ਪਹਿਲਾਂ ਦਾ 18 4 2022 ਰਿਵਾਈਜ਼ਡ ਰੈਸਟ ਆਫ ਦਾ ਸ਼ਡਿਊਲ ਆਫ ਮੋਪ ਅਪ ਰਾਉਂਡ ਆਫ ਪੀਜੀ ਮੈਡੀਕਲ ਕਾਉਂਸਲਿੰਗ 2021 ਠੀਕ ਹੈ ਜੀ ਸੋ ਇਸ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਨੂੰ ਜਿਹੜਾ ਆਫੀਸ਼ੀਅਲ ਨੋਟੀਫਿਕੇਸ਼ਨ ਮੈਂ ਪਹਿਲਾਂ ਵੀ ਡਾਊਨਲੋਡ ਕੀਤਾ ਡਾਊਨਲੋਡ ਅਗੇਨ ਕਰਕੇ ਮੈਂ ਤੁਹਾਨੂੰ ਦਿਖਾ ਦਿੰਨਾ ਵਾ ਸੋ ਹਾਂਜੀ ਆ ਦੇਖੋ ਤੁਸੀਂ ਡਾਊਨਲੋਡ ਹੋ ਚੁੱਕਿਆ ਵਾ ਠੀਕ ਹੈ ਜੀ ਇਨ ਕੰਡੀਸ਼ਨ ਟੂ ਦਾ ਸ਼ਡਿਊਲ ਆਲਰੇਡੀ ਪਬਲਿਸ਼ਡ ਔਨ ਯੂਨੀਵਰਸਿਟੀ ਦਾ ਫਾਲੋਇੰਗ ਇਜ਼ ਦਾ ਰੈਸਟ ਆਫ ਦਾ ਸ਼ਡਿਊਲ ਆਫ ਮੋਪ ਅਪ ਰਾਉਂਡ ਪੀਜੀ ਮੈਡੀਕਲ ਕਾਉਂਸਲਿੰਗ ਦਾ ਡੇਟ ਆਫ ਸਬਮਿਟਿੰਗ ਔਨਲਾਈਨ ਚੁਆਇਸਿਸ ਸੋ 24 2022 ਤੋਂ 25 4 2022 ਹੈ ਜੀ ਦਾ ਡੇਟ ਆਫ ਸਬਮਿਟਿੰਗ ਔਨਲਾਈਨ ਚੁਆਇਸਿਸ preference ਆਫ ਸਪੈਸ਼ਲਿਸਟਿਕ ਕਾਲਜ ਠੀਕ ਹੈ ਜੀ ਨੰਬਰ 2 ਤੇ ਪ੍ਰੋਸੈਸਿੰਗ ਸੀਟ ਅਲਾਟਮੈਂਟ ਹੋਣੀ ਹੈ 26 ਤੋਂ 28 अप्रैल तक ते डिस्प्ले ऑफ प्रोविजनल अलॉटमेंट रिजल्ट आउगा 29 4 2022 ਨੂੰ ਦਾ ਪ੍ਰੋਵੀਜ਼ਨਲ ਸਿਲੈਕਟਡ ਕੈਂਡੀਡੇਟਸ ਵਿਲ ਪੇ ਦਾ ਬੈਲੈਂਸ ਅਮਾਉਂਟ 30 ਤੋਂ 1 ਤੱਕ ਤੁਸੀਂ ਪੇ ਕਰ ਸਕਦੇ ਹੋ 1 ਮਈ ਤੱਕ ਠੀਕ ਹੈ ਜੀ ਸਟੇ ਵੈਕਸ ਰਾਉਂਡ ਫॉर ਦਾ ਪੀਜੀ ਕਾਉਂਸਲਿੰਗ ਕੋਰਸ 2 ਤੋਂ 2 5 2022 ਐਟ 2 ਪੀਐਮ ਠੀਕ ਹੈ ਜੀ ਸੋ ਉਮੀਦ ਹੈ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਦੇ ਨਾਲ ਦੀ ਨਾਲ ਮਿਲਦੇ ਆਂ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਆਪਾਂ ਲੈ ਕੇ ਆਉਣੇ ਆਂ ਮੈਡੀਕਲ ਫੀਲਡ ਨਾਲ ਬਾਬਾ ਫਰੀਦ ਯੂਨੀਵਰਸਿਟੀ ਡੀਆਰਐਮਈ ਹਰ ਇੱਕ ਨਾਲ ਜੁੜੀ ਹੋਈ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਲਵੋ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ